ਅਰਬੀਆਂ ਦੀ ਹਕੂਮਤ ਐਨੇ ਕਰਦੀਆਂ ਉਹਨਾਂ ਕੋਲ ਐਡੀ ਐਡੀਆਂ ਤਲਵਾਰਾਂ ਹੋਣੀਆਂ ਸਰ ਤੇ ਕੀ ਹੋਇਆ ਸੀ ਲੱਲਾ ਅੱਛਾ ਤੁਸੀਂ ਇਹ ਦੱਸੋ ਕਿ ਕਿਹਨੂੰ ਮਿਲਣ ਆਏ ਹੋ ਮੈਂ ਆਪਣੇ ਭੋਲੇ ਲਓ ਜੀ ਕੋ ਭੋਲਾ ਹੈ ਬਈ ਨੌ ਬੋਤਲਾਂ ਫੜ ਕੇ ਲਿਆ ਨੌ ਐਵੇਂ ਕਹੀ ਜਾਂਦਾ ਹੈ 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 ਉਹਨੂੰ ਪੁੱਛ ਤਾਂ ਲੈ ਭੋਲਾ ਆਪਣੇ ਭਰਾ ਨੂੰ ਕਹਿੰਦੀ ਏ ਕੀ ਹਾਲ ਹੈ ਬੋਲਿਆ ਮੈਂ ਮਰ ਜਾ ਰਿਹਾ ਟੁੱਟ ਪਿਆ ਅੱਛਾ ਤੁਸੀਂ ਇਹ ਦੱਸੋ ਹਾਲ ਪੁੱਛੋ ਇੱਥੇ ਮੈਂ ਭਰਾ ਨਹੀਂ ਬਣਾਉਣ ਆਈ ਇੱਥੇ ਮੈਂ ਜਾਨੂ ਬਣਾਉਣ ਆਈ ਹਾਂ ਹਾਏ ਹਾਏ ਜਾਨੂ ਬਣਾਉਣ ਆਈ ਬੰਦੇ ਤੇ ਵੇਖ ਲੈ ਬੋਟੀ ਬੋਟੀ ਹੀ ਸਿਆਣੀ ਹੂੰ ਇਹਦੀ ਤਾਂ ਮਤਲਬ ਹੋ ਕਿ ਤੁਸੀਂ ਕਰੋ ਤੁਸੀਂ ਪਿੰਡੋਂ ਆਏ ਹੋ ਭੋਲੇ ਨੂੰ ਮਿਲਣ ਆਸਤੇ ਹਾਂਜੀ ਤੇ ਤੁਸੀਂ ਕਰਾਂ ਇਧਰ ਆਵੇ ਨਾ ਨਹੀਂ ਇਹ ਮੈਨੂੰ ਬਗੈਰੇ ਸਮਝਦੀ ਏ ਇਹਦਾ ਮਤਲਬ ਹੈ ਤੇਰੀ ਗੈਰਤ ਲੱਜੀ ਹੁੰਦੀ ਹੈ ਹਾਂ ਹਾਂ ਓਏ ਗੱਲ ਸੁਣ ਓਏ ਹਾਂਜੀ ਇਹਨੂੰ ਪਿਛਲੇ ਕਮਰੇ 'ਚ ਲੈ ਜਾਓ ਤੇ ਇਹਦੀ ਗੈਰਤ ਮਾਰੋ ਨਾ ਜਾਏ ਹਰ ਇੱਧਰ ਤੇ ਆ ਬਾਤ ਤਮੀਜ਼ ਨਹੀਂ ਰੋਣ ਵਾਲੀ ਕਿਹੜੀ ਗੱਲ ਹੈ ਮਨ ਬਚ ਗਿਆ ਸਮੇਂ ਅੱਜ ਬਤਾ ਦੇ ਹਾਂ ਮੈਂ ਮਰ ਗਈ ਵੇ ਤੇਰਾ ਪੈਣਾ ਕਰ ਕੋਵੇ ਵੇ ਤੇਰਾ ਖੱਲਾ ਖਰਾਬ ਹੋ ਗਿਆ ਇਹਨੇ ਚੁੱਕਿਆ ਮੈਂ ਸ਼ਰਮ ਆ ਕਰ ਬਗਾੜਦਾ ਤੇਰੀ ਧੀਆ ਚਿੱਟੀ ਹੈ ਹਾਂਜੀ 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 ਮੈਂ ਇਸ ਘਰ 'ਚ ਨਾ ਮੇਰੀ ਗੱਲ ਤਾਂ ਸੁਣ ਜੀ ਆਪਣਾ ਖਾਲਾ ਜੀ ਕੰਮ ਖਰਾਬ ਹੋ ਗਿਆ ਕੰਮ ਖਰਾਬ ਹੋ ਗਿਆ ਨਾ ਕਾਹ ਹਾਂ ਜੀ ਪਕਾ ਲਈਏ ਪਰ ਸਮਝ ਨਹੀਂ ਆਣ ਨਹੀਂ ਪੈ ਕੀ ਕਰਾਂ ਕੀ ਹੋਇਆ ਕੀ ਹੋਇਆ ਆ ਮੈਂ ਘਬਰਾ ਗਈ ਮੈਂ ਨਹੀਂ ਤੇਰੇ ਨਾਲ ਕੁਛ ਵੀ ਨਹੀਂ ਹੁੰਦਾ ਘਬਰਾਉਣੀ ਨਾ ਮੇਰੇ ਬੱਚਿਆ ਅਸਲ ਚ ਨਾ ਆਪਣਾ ਬੇਫਿਕਰ ਹੋ ਜਾ ਮੈਂ ਤੇਰੀ ਸ਼ਾਦੀ ਬੋਲਣ ਵਾਲੀ ਕਰਾਂਗਾ ਫਿਰ ਤੇਰੇ ਕੋ ਕੁੜੀ ਆਪਾਂ ਤੇਰੇ ਜ਼ਮੀਨਾਂ ਚੋਂ ਤੇਲ ਨਹੀਂ ਨਿਕਲਾ ਸਕਦੇ ਪਤਾ ਹੈ ਸਹੀ ਕੌਣ ਹੈ ਕੌਣ ਹੈ ਗੁੱਟੀ ਹੈ ਗੁੱਟੀ ਗੁੱਟੀ ਪਿੰਡੋ ਗੁੱਟੀ ਜੀ ਢਾਈ ਤਾਂ ਵਾ ਕਾਲਾ ਗੁੱਡਾ ਅੱਛਾ ਗੁੱਡੀ ਆਈ ਪਿੰਡੋ ਮੈਨੂੰ ਪਛਾਣ ਲਿਆ ਪਛਾਣ ਲਿਆ ਮੈਨੂੰ ਹਾਂ ਇਹਨੂੰ ਨਾਲ ਮੈਂ ਇੰਦਰੀ ਸ਼ੀਨਾ ਵੇਖ ਰਹੀ ਸਾਂ ਉਹਦੇ ਵਿੱਚ ਨਾ ਇੰਨੀ ਅੱਟੀ ਲੰਮੀ ਤਲਵਾਰ ਫੜੀ ਸੀ ਉਹ ਤਲਵਾਰ ਨਹੀਂ ਸੀ ਕੀ ਸੀ ਉਹ ਇੰਦੀ ਤੰਗ ਪਹੁੰਚਿਆਂ ਲਈ ਸ਼ਲਵਾਰ ਸੀ ਉਹ ਫਿਲਮਾਂ 'ਚ ਇੰਜ ਲੱਗਦਾ ਓਏ ਇਹਦੇ ਵਾਸਤੇ ਅਨਾਰ ਦਾ ਜੂਸ ਲੈ ਕੇ ਅੱਛਾ ਹਾਂ ਤੁਹਾਡੇ ਵਾਸਤੇ ਮੇਰੇ ਵਾਸਤੇ ਸ਼ਿਕੰਜ ਵੀ ਲਾਇਆ ਠੀਕ ਅੰਮਾ ਇੱਧਰ ਬਾਹਰ ਵੇਖ ਨਾ ਦੁਬਈ ਭੇਜਿਆ ਸੀ ਪਰਸੋਂ ਸਹੀ ਹੋ ਕੇ ਆਈ ਹੈ ਮੇਰੇ ਵਿਕ ਗਏ ਨੇ ਛੋਲੇ ਮੁਰੱਬਾ ਵੀ ਮੈਂ ਤੈਨੂੰ ਦਿਆਂਗਾ ਦਸ ਮੱਝਾਂ ਨਿਕਲ ਗਿਆ ਬਾਹਰ ਕੀ ਲਾਏ ਮੇਰੇ ਮੂੰਹ ਤੋਂ ਨਿਕਲ ਗਿਆ ਚਾਚਾ ਇਹਦੀ ਗੱਲ ਕਰਕੇ ਤੂੰ ਮੇਰਾ ਕਲੇਜਾ ਵੱਡਾ ਕਰਦਾ ਯਾਰ ਚਾਚਾ ਹੋਵੇ ਤੇ ਤੇਰੇ ਵਰਗਾ ਹੋਵੇ ਅੱਜੀ ਆ ਚਾਚਾ ਇਹਦੇ ਨਾਲ ਤੂੰ ਸ਼ਾਦੀ ਕਰਨੀ ਹੈ ਅੱਛਾ ਜੀ ਹਾਂ ਐਡੀ ਵੀ ਗੱਲ ਨਹੀਂ ਪਿੰਡ ਵਿੱਚ ਮੇਰੀ 100 ਕੁਕਰੀ 100 ਇੰਦੀ ਆਪਣੀ ਕੁਕਰੀ ਹੈਗੀ ਏ ਦੱਸ ਇਹਨੂੰ ਦੱਸ ਰੋਜ਼ ਦੋ ਦੋ ਨਹੀਂ ਇੱਕ ਇੱਕ ਅੰਡਾ ਦਿੰਦੀਆਂ ਨੇ ਹਾਂ ਪਹਿਲੇ ਤੇ ਉਹ ਅੰਡੇ ਦਿੰਦੀਆਂ ਹੀ ਨਹੀਂ ਸਣ ਕਿਉਂ ਇਹਨੇ ਫਿਰ ਮੈਨੂੰ ਦੱਸਿਆ ਮੈਂ ਚਲ ਗਿਆ ਕਿਧਰ ਪੋਲਟਰੀ ਫਾਰਮ ਫੜਿਆ ਮੈਂ ਕੁਕੜੀ ਨੂੰ ਲੱਤੋਂ ਮੈਂ ਕਿਹਾ ਸੁਣ ਲਓ ਨੀ ਸਾਰੀਆਂ ਕੁਕੜੀਓ ਜੇ ਕੱਲ ਤੱਕ ਤੁਸੀਂ ਪੰਜ ਪੰਜ ਆਂਡੇ ਨਾ ਦਿੱਤੇ ਤੇ ਮੈਂ ਤੁਹਾਡੀਆਂ ਲੱਤਾਂ ਵੜ ਦੇਗਾ ਅਗਲੇ ਦਿਨ ਗਿਆ ਤਾਂ ਸਾਰੀਆਂ ਨੇ ਪੰਜ ਪੰਜ ਆਂਡੇ ਦਿੱਤੇ ਇੱਕ ਨੇ ਵਿੱਚੋਂ ਦੋ ਮੈਂ ਕਿਹਾ ਤੂੰ ਮੇਰਾ ਐਲਾਨ ਨਹੀਂ ਸੁਣਿਆ ਮੇਰੇ ਭਲਵਾਨ ਤੇਰੇ ਡਰ ਤੋਂ ਦਿੱਤੇ ਵਰਨਾ ਮੈਂ ਤੇ ਕੁੱਕੜ ਕੌਣ ਪਿਸ ਤੋਇਆ ਏ ਕੁੱਕੜ ਐਡੀ ਵੀ ਗੱਲ ਨਹੀਂ ਐਡੀ ਵੀ ਗੱਲ ਨਹੀਂ ਰਹੀ ਪਿੰਡ ਚ ਮੇਰੀ 150 ਮਾਝੀ ਤੂੰ ਮੈਂ ਆਪ ਚੋਨੀ ਆ ਕਿਸ ਤਰ੍ਹਾਂ ਤੇ ਥੱਲੇ ਬਾਲਟੀ ਤਾਂ ਨਹੀਂ ਨਾ ਲੱਗਦੀ
शादी होने लगी है साड़ी, कोई गल नहीं कोई गल नहीं। मैं क्या शादी, जल्दी जल्दी शादी कर ले, टिलिया क्यों डरना है। बस मैं कोई टाइम देखन दे, मुड़ के फिर तू ही रोंदी फिरना, मेरा कोई कसूर नहीं। ऐ सबज कपड़े पा के लाहौर नहीं फिरना। वो क्यों? ये तो लाल बत्ती ते नहीं रोकदे। मैं आप नहीं रुकदी, बस मैं फ्रंट लाइटां गईयां। एक गल सही च रखियो, मेरी बीवी दे बारे च कोई गल ना करियो। तुसी भी गल्लां सुन लो मेरियां। शादी तो बाद मेरे कोई कुरैशी साहब, कोई मलक साहब, कोई भट्ट साहब, कोई चौहान साहब, कोई चौधरी साहब मिलन आम, तुसी बुरा नहीं मनाना। अच्छा हाँ, मेरे मैं दोस्त आने मैं भी ब्याह करना भाई। क्यों नहीं? आए ओ बड़ा मारे उन्होंने मेनू। अच्छा जी, ओ मैं सियासत छड़ी, ओ जुगता ही ठीक ने। तो सियासत क्यों छड़ी? ओ मेरी डिग्री जाली निकली यार। ओए होए वे, तेरी भी बीए दी जाली निकली डिग्री? ओ बीए दी केड़ी? हां केड़ी डिग्री वे, तेरी भी बीए दी जाली निकलाई है? बीए दी नहीं, 8वीं दी जाली निकलाई। बीए ते मेरे पूरे टब्बर जो कहे नहीं कीता। हां जदों पुलिस नु पता लग्या ना इहदी जाली डिग्री निकलाई है, उहनां ने इहनू लमेया पा के इहदी डिग्री ते जुत्तियां मार गया रे। निशान खोती हुण समझ आई आ? मेरा इंतहाबी निशान सी खोती। मैं 15-20 खोतियां तैयार करके लै गया। अच्छा, खोतियों में लाइया लिपस्टिकां क्रीमां पाउडर। अच्छा, मुखालफ उम्मीदवार दा निशान सी खोता। अच्छा, वह 15-20 खोते लैके आ गया। उथे मेरा ध्यान पर आया तो वोट पहले ही पैने शुरू हो गए। समझ नहीं लगी किसने शुरू होया काम। ओ तैनू चौधरी ने तो उदो समझ लगी जो इन्हू भी 2-3 ठप्पे लग गए। जुगता ही करो भाई जी। हाँ मामू, अपना मोहम्मद आसफ वाल, मोहम्मद जवेद जी। भाई जी डॉक्टर साहब कह रहे बच्ची नू ले आओ। अच्छा, जुगता ही करो। नाजम साहब नक अगली कंध नू लगन डे आ। रेहड़ी ते बर्फ वाला गोला बनांदा ना, इंज करके खुसरे तैयार होके नाल ही रेहड़ी दे परले पासे खलोते होंदे ने। जो गोले वाला गोला बना के तीला तुनदा ना, उदो करन दे होंदे ने। अफसोस करो भैन दे नाल, 1,83,000 रुपए दी मेहरान कार लई दूजे दिन उड़ गई। किस तरह? अपने चाचा दे नाल जा गैस भरा के लिया, ਉਹ ਪਾਗਲ ਜਿਹਾ ਉਹ ਪਕਾਨੇ ਵਾਲੀ ਭਰਾ ਲਿਆ। जनाब गड्डी खड़ोती है, तुसी पठान दी झोली च बैठे हो। सुहाग रात नूं अपनी बुड्ढी नूं कहिंदा जा कुंडी ला गया, ओह बाहरों ला के टोरी गई। गल सुनो, मेरी शादी होने लगी है। यार शेर सुना कोई। शेर कितना शादी, कितना शादी वे डालू। हाँ? तू कोई शेर सुना। शेर अर्ज कीता ताडे हुसन ते लिखिया हरीफ खराबी ने। वे तबीज ना रे तू। शेर अर्ज कीता है के आया तूफान बहा के ले गया सब कुछ। वाह 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 वाह, आगे आगे वे बचे कुछ नहीं। ਛੱਡ ਗਈ ਉਹ ਲੋਕਾਂ ਦੇ ਮਰ ਵੀ ਤੇ ਜਾਂਦੇ ਨੇ।
ਲੋਕਾਂ ਦੇ ਮਰ ਵੀ ਤੇ ਜਾਂਦੇ ਨੇ ਤੇ ਜਿਹੜੇ ਪੜ੍ਹਦੇ ਹੁਣ ਲੋਕ ਲੋਕ ਕੇ ਭੈਣਾਂ ਦੀਆਂ ਡਾਇਰੀਆਂ ਉਹ ਸ਼ਾਇਰ ਬਣ ਵੀ ਤੇ ਜਾਂਦੇ ਨੇ ਤੇ ਜਿਹੜੇ ਖਾਂਦੇ ਉਹਨੇ ਭੈਣਾਂ ਦੀਆਂ ਕਮਾਈਆਂ ਉਹਨਾਂ ਦੇ ਰੰਗ ਸੜ ਵੀ ਤੇ ਜਾਂਦੇ ਨੇ ਤੇ ਨਾਜ਼ਮ ਸਾਹਿਬ ਜਦੋਂ ਤੁਸੀਂ ਇੱਥੇ ਆਉਂਦੇ ਹੋ ਤੁਹਾਡੇ ਘਰ ਬੰਦੇ ਵੜ ਵੀ ਤੇ ਜਾਂਦੇ ਨੇ ਤੇ ਭਾਜੀ ਨੱਕ ਫੀਨੇ ਐਵੇਂ ਨਹੀਂ ਹੁੰਦੇ ਲੋਕੀ ਨੱਕ ਤੇ ਪੈਰ ਰੱਖ ਕੇ ਮਾਂ